ਨੀਤੀ ਆਯੋਗ ਦੇ ਵੱਲੋਂ ਸਿੱਖਿਆ ਰਿਪੋਰਟ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ, ਉਸ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਵੱਖੋ ਵੱਖ ਪ੍ਰਤੀਕਰਮ ਜਿਹੜੇ ਸਾਹਮਣੇ ਆਏ ਨੇ। ਪੰਜਾਬ ਦਾ 18ਵਾਂ ਜਿਹੜਾ ਸਥਾਨ ਹੈ 20 ਸੂਬਿਆਂ ਦੇ ਵਿੱਚੋਂ ਦੇਖਣ ਨੂੰ ਆਇਆ, ਅਤੇ ਇਸ ਤੋਂ ਬਾਅਦ ਲਗਾਤਾਰ ਚਰਚਾਵਾਂ ਵੀ ਛਿੜੀਆਂ ਨੇ ਕਿ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣਦੇ ਨੇ। ਹਾਲਾਂਕਿ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ 2019 ਹੈਗੀ ਹੈ, ਉਸ ਦੇ ਵਿੱਚ ਵੀ ਕਈ ਸਵਾਲ ਜਿਹੜੇ ਖੜ੍ਹੇ ਕੀਤੇ ਜਾ ਰਹੇ ਨੇ, ਦੇਸ਼ ਦੇ ਵਿੱਚ ਸਿੱਖਿਆ ਢਾਂਚੇ ਨੂੰ ਲੈ ਕੇ ਵੀ ਸਵਾਲ ਹੈਗੇ ਨੇ, ਅਤੇ ਨਾਲ ਦੀ ਨਾਲ ਪੰਜਾਬ ਦੀ ਕੀ ਸਿੱਖਿਆ 18 ਨੰਬਰ ਦੀ ਹੈ, ਕੀ ਪੰਜਾਬ ਦਾ ਸਥਾਨ 18 ਨੰਬਰ ਦੀ ਸਿੱਖਿਆ ਜੋਗਾ ਹੀ। ਹਾਲਾਂਕਿ ਦਾਅਵੇ ਪੰਜਾਬ ਦੇ ਵੱਡੇ ਵੱਡੇ ਕੀਤੇ ਜਾ ਰਹੇ ਨੇ, ਐਜੂਕੇਸ਼ਨ ਮਿਨਿਸਟਰ ਦੇ ਦਾਅਵੇ ਵੱਡੇ ਵੱਡੇ ਹੁੰਦੇ ਨੇ, ਚਾਹੇ ਇਸ ਦੇ ਵਿੱਚ ਅਧਿਆਪਕਾਂ ਦਾ ਵੀ ਰੋਲ ਕਿਤੇ ਨਾ ਕਿਤੇ ਹੈਗਾ ਹੈ। ਪੰਜਾਬ ਦੇ ਸਟੂਡੈਂਟਸ ਨੇ ਜਿਹੜੇ ਪੰਜਾਬ ਦੇ ਜਿਹੜੇ ਕਿਤੇ ਨਾ ਕਿਤੇ ਹਾਲਾਤ ਵੀ ਇਸ ਨੂੰ ਲੈ ਕੇ ਸਿੱਖਿਆ ਨੀਤੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ। ਪੰਜਾਬ ਦਾ ਨੀਤੀ ਆਯੋਗ ਦੇ ਵੱਲੋਂ ਦਿੱਤੀ ਗਈ ਰਿਪੋਰਟ 'ਤੇ ਹੁਣ ਕੁਝ ਨੌਜਵਾਨ ਸਾਡੇ ਦੇ ਨਾਲ ਹੈਗੇ ਨੇ, ਇਹ ਬਤੌਰ ਸਟੂਡੈਂਟ ਹੈਗੇ ਨੇ, ਇਹਨਾਂ ਤੋਂ ਜਾਣਦੇ ਹਾਂ ਕਿ ਨੀਤੀ ਦੇ ਵਿੱਚ ਸਿੱਖਿਆ ਨੀਤੀ ਦੇ ਵਿੱਚ ਕਿੰਨੇ ਸੁਧਾਰ ਹੋਣੇ ਚਾਹੀਦੇ ਨੇ, ਅਤੇ ਐਜੂਕੇਸ਼ਨ ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ਦੀ ਜਿਹੜੀ ਰਿਪੋਰਟ ਹੈਗੀ ਹੈ ਉਸ ਨੂੰ ਲੈ ਕੇ ਇਹਨਾਂ ਦਾ ਕੀ ਪ੍ਰਤੀਕਰਮ ਹੈਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮਿਹਰਪਾਲ ਸਿੰਘ ਮਾਨ ਜੀ। ਅੱਛਾ ਮਿਹਰਪਾਲ, ਸਭ ਤੋਂ ਪਹਿਲਾਂ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਦੀ ਦੇਸ਼ ਦੇ ਵਿੱਚ ਸਿੱਖਿਆ ਨੀਤੀ ਹੈਗੀ ਹੈ, ਸੰਤੁਸ਼ਟ ਹੋ ਉਸ ਸਿੱਖਿਆ ਨੀਤੀ ਤੋਂ? ਕੁਛ ਹੱਦ ਤੱਕ ਸੰਤੁਸ਼ਟ ਹੈ ਜੀ, ਕੁਛ ਹੱਦ ਤੱਕ ਨਹੀਂ। ਉਹ ਹਿਊਮਨ ਨੇਚਰ ਹੈ ਕਿ ਆਪਾਂ ਤਾਂ ਘਰਦਿਆਂ ਤੋਂ ਨਹੀਂ ਆਪਣੇ ਤੋਂ ਖੁਸ਼ ਹੁੰਦੇ, ਸਰਕਾਰਾਂ ਤੋਂ ਆਪਾਂ ਖੁਸ਼ ਕਿੱਥੇ ਹੋ ਜਾਵਾਂਗੇ। ਕੁਛ ਹੱਦ ਤੱਕ ਸੰਤੁਸ਼ਟ ਹੈ, ਕੁਛ ਹੱਦ ਤੱਕ ਨਹੀਂ ਸੰਤੁਸ਼ਟ। ਅਤੇ ਹੁਣ ਗੱਲ ਪੰਜਾਬ ਦੀ, ਪੰਜਾਬ ਦੀ ਗੱਲ ਇਸ ਕਰਕੇ ਕਿਉਂਕਿ ਨੀਤੀ ਆਯੋਗ ਦੇ ਵੱਲੋਂ ਰਿਪੋਰਟ ਜਿਹੜੀ ਹੈ ਉਹ ਇੱਕ ਦਿੱਤੀ ਗਈ ਹੈ, ਇੱਕ ਜਨਤਕ ਕੀਤੀ ਹੈ ਰਿਪੋਰਟ, ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ਦੇ ਉੱਤੇ ਰਿਪੋਰਟ ਹੈਗੀ ਹੈ, ਉਸ 30 ਤਰ੍ਹਾਂ ਦੇ ਪੈਮਾਨਿਆਂ ਦੇ ਉੱਤੇ ਉਹ ਰਿਪੋਰਟ ਬਣਾਈ ਗਈ ਹੈ, ਜਿਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ 18ਵਾਂ ਸਥਾਨ ਹੈਗਾ ਹੈ 20 ਸੂਬਿਆਂ ਦੇ ਵਿੱਚੋਂ। ਪਹਿਲੇ ਨੰਬਰ 'ਤੇ ਕਰਨਾਟਕ ਆਉਂਦਾ ਹੈ, ਅਤੇ ਪੰਜਾਬ 18ਵੇਂ ਨੰਬਰ 'ਤੇ ਆਉਂਦਾ, ਹਰਿਆਣਾ 11ਵੇਂ ਨੰਬਰ 'ਤੇ ਆਉਂਦਾ ਹੈ। ਲੱਗਦਾ ਕਿ ਪੰਜਾਬ ਦੀ ਜਿਹੜੀ ਸਿੱਖਿਆ ਉਹ 18 ਨੰਬਰ ਦੀ ਹੋ ਹੈ। ਭਾਈ ਜੀ, ਆਪਾਂ ਅੱਜ ਦੇ ਹਿਸਾਬ ਕਿਤਾਬ ਨੂੰ ਨਾ ਦੇਖੀਏ, ਆਪਾਂ ਇਹ ਦੇਖੀਏ ਆਪਾਂ ਕਿੱਥੋਂ ਆਏ ਹਾਂ। ਹੁਣ ਇੱਕ ਆਇਆ, ਜਿਹੜੀ ਚੀਜ਼ 10 ਸਾਲ ਜਾਂ 12 ਸਾਲ ਵਿਗੜੀ ਹੈ ਉਹਨੂੰ ਸੁਧਰਨ ਦੇ ਵਿੱਚ ਟਾਈਮ ਲੱਗੂਗਾ। ਵਿਗੜੀ ਕਿੱਦਾਂ ਮਤਲਬ? ਵਿਗੜੀ ਜਿਹੜੀ ਹੁਣ ਐਜੂਕੇਸ਼ਨ ਪਾਲਿਸੀ ਪਿਛਲੇ 10 ਸਾਲ ਸੀਗੀ, ਪਿਛਲੇ ਤੋਂ ਅੱਜ ਚਲੋ ਅਸੀਂ 12 ਸਾਲ ਪਹਿਲਾਂ ਜਿਹੜੀ ਆਪਣੀ ਐਜੂਕੇਸ਼ਨ ਪਾਲਿਸੀ ਚੱਲੀ ਹੈ, ਹੁਣ ਇੱਕ ਦਰਖਤ 'ਤੇ ਟੱਕ ਲੱਗ ਗਿਆ। ਹੁਣ ਉਹ ਜਿਹੜਾ ਟੱਕ ਲੱਗਿਆ ਉਹਨੂੰ ਭਰਨ ਨੂੰ ਤਾਂ ਟਾਈਮ ਲੱਗੂਗਾ ਨਾ, ਜਿਹੜੀਆਂ ਸੱਟਾਂ ਨੇ ਉਹਨੂੰ ਭਰਨ ਨੂੰ ਟਾਈਮ ਲੱਗੂਗਾ। ਸੋ ਜਿਹੜੀ ਅੱਜ ਦੀ ਜਿਹੜਾ ਰੈਂਕ ਆਇਆ ਹੈ, ਜਿਹੜਾ ਜੇ ਤੁਸੀਂ 18ਵਾਂ ਨੰਬਰ ਮੰਨਦੇ ਹੋ, ਇਹ ਆਪਣੀਆਂ ਪਿਛਲੀਆਂ ਨੀਤੀ ਮੈਂ ਨਹੀਂ ਮੰਨਦਾ, ਨੀਤੀ ਆਯੋਗ ਮੰਨਦਾ। ਹਾਂਜੀ, ਜੇ ਇਹ ਆਪਣੀਆਂ ਪਿਛਲੀਆਂ ਸਰਕਾਰ ਆਪਣੀ ਆਪਾਂ ਹੀ ਮੰਨਦੇ ਹਾਂ, ਇਹ ਆਪਣੀਆਂ ਜਿਹੜੀਆਂ ਪਿਛਲੀਆਂ ਨੀਤੀਆਂ ਸੀ, ਜਿਹੜੀਆਂ ਗੜਬੜੀਆਂ ਹੋਈਆਂ ਨੇ ਜਾਂ ਜਿਹੜੀ ਐਲੋਕੇਸ਼ਨ ਆਫ ਫੰਡਸ ਨੇ, ਇਹ ਉਹਨਾਂ ਚੀਜ਼ਾਂ ਕਰਕੇ ਆਪਾਂ ਅੱਜ ਇਹ ਸੋਚਦੇ ਹਾਂ। ਇਹ ਤਾਂ ਇਹ 2 ਸਾਲਾਂ ਤੋਂ ਮੈਂ ਕਹਿੰਦਾ ਜੀ ਇੰਨੀਆਂ ਪਾਲਿਸੀਜ਼ ਇੰਨਾ ਕੁਛ ਬੈਟਰ ਹੋ ਗਿਆ ਤਾਂ ਕਰਕੇ ਆਪਾਂ 18ਵੇਂ 'ਤੇ, ਨਹੀਂ ਤਾਂ ਵੀਵਰ ਆਊਟ ਆਫ ਲਿਸਟ, ਮੈਂ ਜੋ ਮੇਰੀ ਆਪਦੀ ਪਰਸਨਲ ਉਹ ਹੈ। ਅੱਛਾ, ਗੱਲ ਕੀਤੀ ਹੈ ਤੁਸੀਂ, ਕਿਹਾ 2 ਸਾਲਾਂ ਦੇ ਵਿੱਚ ਸੁਧਾਰ ਹੋਇਆ, ਇਹੀ ਕਹਿਣਾ ਚਾਹੁੰਦੇ ਹੋ ਤੁਸੀਂ, ਪਰ ਸਵਾਲ ਇਹ ਹੈ ਕਿ ਸੁਧਾਰ ਕੀ ਹੋਇਆ 2 ਸਾਲਾਂ ਦੇ ਵਿੱਚ? ਪਿਛਲੀ ਰਿਪੋਰਟ ਦੇ ਵਿੱਚ 20ਵਾਂ ਸਥਾਨ ਤਾਂ ਸਾਡਾ ਹੈਗਾ ਨਹੀਂ ਸੀਗਾ, ਸੁਧਾਰ ਕੀ ਹੋਇਆ ਹੈ ਕਿ ਅਸੀਂ 18ਵੇਂ ਨੰਬਰ 'ਤੇ ਆ ਗਏ? ਸੁਧਾਰ ਤੁਹਾਡੇ ਮੁਤਾਬਕ ਕੀ ਹੋਇਆ? ਸੁਧਾਰ ਬਾਈ ਜੀ ਆਪਣੇ ਮੁਤਾਬਕ ਇਹ ਹੋਇਆ ਕਿ ਦੇਖੋ, ਆਪਣੇ ਹੁਣ ਕਰਦੇ ਨੇ ਉਹ ਆਪਾਂ ਨੂੰ ਕਿਤਾਬਾਂ ਲੈ ਕੇ ਦੇ ਸਕਦੇ ਨੇ, ਐਜੂਕੇਸ਼ਨ ਨੂੰ ਆਪਣੇ ਹੁਣ ਫਾਦਰ ਤਾਂ ਕਹਿ ਨਹੀਂ ਸਕਦੇ ਕਿ ਆਹ ਚੀਜ਼ ਨੂੰ ਤੂੰ ਐਂ ਬੈਠ ਕੇ ਪੜ੍ਹ, ਇਹ ਤਾਂ ਆਪਣੇ 'ਤੇ ਆਪਾਂ ਬਾਹਰ ਜਾ ਕੇ ਕੀ ਕਰਦੇ ਹਾਂ। ਆਪਣੇ ਦਾਦਾ ਜੀ ਨੇ ਆਪਾਂ ਨੂੰ ਐਜੂਕੇਸ਼ਨ ਵਾਸਤੇ ਆਪਾਂ ਨੂੰ ਪੈਸਾ ਦੇ ਸਕਦੇ ਨੇ, ਵਧੀਆ ਕੱਪੜੇ ਵਧੀਆ ਸਾਈਕਲ ਦੇ ਸਕਦੇ ਨੇ, ਸਰਕਾਰ ਵੀ ਇਹੀ ਚੀਜ਼ ਕਰ ਸਕਦੀ ਹੈ। ਹੁਣ ਆਪਾਂ ਇਹ ਤਾਂ ਸੋਚ ਨਹੀਂ ਸਕਦੇ ਕੈਪਟਨ ਅਮਰਿੰਦਰ ਸਿੰਘ ਜਾਂ ਵਿਜੇਂਦਰ ਸਿੰਗਲਾ ਖੁਦ ਆ ਕੇ ਕਿਤਾਬਾਂ ਚੱਕ ਕੇ ਕਹਿਣ ਕਾਕਾ ਜੀ ਤੁਸੀਂ ਪੜ੍ਹੋ ਕਿ ਅਸੀਂ ਸਾਨੂੰ ਜੋਬ ਲੈ ਕੇ ਦੇਣੀ ਹੈ। ਜਿਹੜਾ ਬੰਦਾ ਘੈਂਟ ਹੋਊ, ਉਹ ਐਜੂਕੇਸ਼ਨ 'ਚ ਵੀ ਘੈਂਟ ਆ, ਹਰੇਕ ਚੀਜ਼ 'ਚ ਘੈਂਟ ਹੈ। ਆਪਾਂ ਉਹ ਚੀਜ਼ ਦਾ ਗੱਲ ਨਹੀਂ ਕਰਦੇ ਕਿ ਆਪਣੇ ਪੰਜਾਬ ਦਾ ਬੰਦਾ ਬਠਿੰਡੇ ਦੀ ਰਿਫਾਇਨਰੀ 'ਚ ਵੀ ਬੈਠਾ, ਆਪਣੇ ਪੰਜਾਬ ਦਾ ਬੰਦਾ ਕਰਨਾਟਕਾ 'ਚ ਵੀ, ਆਪਣੇ ਪੰਜਾਬ ਦੇ ਬੰਦੇ ਸਾਰੇ ਕਿਤੇ ਨੇ। 2017 ਦੇ ਵਿੱਚ ਆਪਣੇ ਬਾਈ ਜੀ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਸ ਦੇ ਵਿੱਚ ਪੰਜਾਬੀ ਲੈਂਗੁਏਜ ਸੀ, ਉਹ 'ਚ ਵੀ ਆਪਣੇ ਬੱਚੇ ਘੈਂਟ ਨਹੀਂ ਸੀਗੇ। 2017 ਦੇ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੋਲਿਸੀ ਇੰਟਰੋਡਿਊਸ ਕੀਤੀ, ਹਰੇਕ ਬਲਾਕ ਦੇ ਵਿੱਚੋਂ 3 ਤੋਂ 4 ਸਕੂਲ ਚੱਕੇ ਗਏ ਜਿਨ੍ਹਾਂ ਦੇ ਵਿੱਚ ਇੰਗਲਿਸ਼ ਇੰਟਰੋਡਿਊਸ ਕੀਤੀ ਗਈ, ਫ੍ਰੀ ਟੈਕਸਟ ਬੁੱਕਸ ਦਿੱਤੀਆਂ ਗਈਆਂ। ਹੁਣ ਉਹ ਚੀਜ਼ ਨੂੰ ਬਾਈ ਜੀ ਇੱਕਦਮ ਹੀ ਆਪਾਂ ਕੋਈ ਨਵੀਂ ਲੈਂਗੁਏਜ ਨੂੰ ਸ਼ਿਫਟ ਕਰ ਗਏ, ਉਹ ਚੀਜ਼ ਨੂੰ ਟਾਈਮ ਲੱਗੂਗਾ ਉਸ ਚੀਜ਼ ਦੇ ਆਉਣ ਦੇ ਵਿੱਚ, ਸਪੈਸ਼ਲਾਈਜ਼ਡ ਟੀਚਰਸ ਪ੍ਰੋਵਾਈਡ ਕੀਤੇ। ਹਾਂਜੀ, ਪਰ ਸਵਾਲ ਇਹ ਹੈਗਾ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਦੇ ਵੱਲੋਂ 2 ਜਾਂ 3 ਜਾਂ ਆਪਾਂ ਚੰਡੀਗੜ੍ਹ ਦੀ ਗੱਲ ਕਰ ਲਈਏ, ਜੇ ਇੱਥੇ ਇੱਕ ਸਕੂਲ ਖੋਲ੍ਹਿਆ ਹੋਇਆ ਹੈ ਤਾਂ ਇੰਨੀ ਜ਼ਿਆਦਾ ਜਨਸੰਖਿਆ ਦੇ ਲਈ ਇੱਕ ਸਕੂਲ ਕਾਫੀ ਹੈ ਕਿ 2-4 ਸਕੂਲਾਂ ਦੇ ਨਾਲ? ਮੈਂ ਗੱਲ ਕਰ ਰਿਹਾ ਸਿੱਖਿਆ ਦੀ ਬਰਾਬਰੀ ਦੀ ਵੀ ਗੱਲ ਕਰ ਰਿਹਾ, ਕਿਉਂਕਿ ਜਦੋਂ ਅਸੀਂ ਕੌਨਵੈਂਟ ਸਕੂਲ ਦੇ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਸਿੱਖਿਆ ਦਾ ਲੈਵਲ ਕੁਝ ਹੋਰ ਹੈ, ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਲੈਵਲ ਕੁਝ ਹੋਰ ਹੈ। ਜਿਵੇਂ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਹੈਗੇ ਹਾਂ ਤਾਂ ਇੱਕ ਕਲਾਸ ਦੇ ਬੱਚੇ ਦੇ ਲਈ ਇੱਕੋ ਤਰ੍ਹਾਂ ਦੀ ਕਿਤਾਬ ਕਿਉਂ ਨਹੀਂ ਲਾਗੂ ਕੀਤੀ ਜਾਂਦੀ, ਇੱਕੋ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਕਿਉਂ ਲਾਗੂ ਕੀਤਾ ਜਾਂਦਾ, ਇਹ ਵੀ ਵੱਖਰੇਵੇਂ ਕਿਉਂ ਨੇ? ਜਦੋਂ ਬੱਚਾ ਸਕੂਲ ਦੇ ਵਿੱਚ ਦਾਖਲ ਹੁੰਦਾ ਤਾਂ ਮੁੱਢ ਤੋਂ ਹੀ ਵਿਤਕਰੇ ਦੀ ਭਾਵਨਾ ਉਸ
ਮੈਂ ਤਾਂ ਬਾਈ ਜੀ ਇਹ ਕਾਰਨ ਮੰਨਦਾ ਇਹਦਾ ਕਿ ਦੇਖੋ ਮੈਂ ਤਾਂ ਪਰਸਨਲੀ ਸਟੂਡੈਂਟ ਹਾਂ, ਕਿਸੇ ਆਪਾਂ ਕਹਿੰਦੇ ਹਾਂ ਕੋਈ ਹੁੰਦਾ ਨਾ ਇੰਟਰਸਟ ਸੋਰਟ ਆਫ, ਇਹਦੀਆਂ ਪੋਲਿਸੀਜ਼ ਪੜ੍ਹੀਆਂ ਨੇ ਕਿ ਜੇ ਤੁਸੀਂ ਪਿਛਲੇ 2 ਸਾਲਾਂ ਤੋਂ ਪਹਿਲਾਂ ਤਾਂ ਸਿਲੇਬਸ ਚੱਕੋਗੇ ਦੈਟ ਵਾਸ ਟੋਟਲੀ ਡਿਫਰੈਂਟ। ਜੇ ਆਪਾਂ ਹੁਣ ਦੇਖਾਂਗੇ ਤਾਂ ਆਪਾਂ ਕਹਿੰਦੇ ਨਾ ਜਿਵੇਂ ਹੁਣ 100 ਤੋਂ 100 ਤੇ ਆਉਣਾ ਤਾਂ ਇਟਸ ਵੈਰੀ ਡਿਫਿਕਲਟ, ਆਪਾਂ ਹੌਲੀ 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 ਪੌੜੀ ਵੀ ਹੌਲੀ ਚੜ੍ਹੀ ਜਾਂਦੀ ਹੈ, ਸਿੱਧਾ ਜਿਹੜਾ ਪੌੜੀ ਚੜੂ ਸੱਟ ਖਾ ਕੇ ਹੇਠਾਂ ਡਿੱਗੂਗਾ। ਸਰਕਾਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਬਹੁਤ ਚੇਂਜਸ ਆ ਗਈਆਂ, ਜਿੱਥੇ ਪਹਿਲਾਂ 3 ਇੰਗਲਿਸ਼ ਦੀਆਂ ਬੁੱਕਸ ਸੀਗੀਆਂ 5 ਇੰਟਰੋਡਿਊਸ ਕਰਤੀਆਂ, ਉਹ ਹੌਲੀ 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 ਲੈਵਲ ਆਪਾਂ ਜਿਹੜਾ ਲੈਵਲ ਹੈ ਉਹਨੂੰ ਹੌਲੀ ਹੌਲੀ ਬੈਟਰ ਕਰਾਂਗੇ। ਪਹਿਲਾਂ ਸੀ, ਹੁਣ ਤੁਸੀਂ ਇਹ ਦੇਖੋ ਕਿ ਆਪਣੀ 50% ਜਿਹੜੀਆਂ ਕਿਤਾਬਾਂ ਨੇ ਉਹ ਫ੍ਰੀ ਆਫ ਕੋਸਟ 'ਤੇ ਪ੍ਰੋਵਾਈਡ ਕਰ ਰਹੇ ਨੇ, ਹੋਰ ਬਾਈ ਜੀ ਸਰਕਾਰ ਕੀ ਕਰਦੇ? ਟੈਕਨੀਕਲ ਯੂਨੀਵਰਸਿਟੀ ਦਾ ਇਹਨਾਂ ਨੇ ਮਤਾ ਪਾਸ ਕਰਤਾ ਬਾਈ ਜੀ, ਜਿਹੜੀ ਰੋਪੜ ਵਾਲੀ ਦਾ ਇਸ਼ੂ ਕਿਹਨਾਂ ਕਿਹਨਾਂ ਨੂੰ ਕਰਦੀ ਆ ਸਰਕਾਰ ਫ੍ਰੀ ਪ੍ਰੋਵਾਈਡ? ਫ੍ਰੀ ਸਾਰੇ ਸਟੂਡੈਂਟਸ ਨੂੰ ਬਾਈ ਜੀ ਜਿਹੜੇ ਨੇ ਮੈਰੀਟੋਰੀਅਸ ਸਕੂਲਾਂ ਦੇ, ਤੁਹਾਨੂੰ ਪਤਾ ਹੀ ਹੋਣਾ। ਨਹੀਂ, ਸਾਰਿਆਂ ਨੂੰ ਨਹੀਂ ਕਰਦੀ ਹੈਗੀ, ਤੁਸੀਂ ਥੋਟ ਜਿਹੜਾ ਵਿਚਾਰੋ, ਸਾਰੇ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਕਿਤਾਬਾਂ ਮੁਫਤ ਨਹੀਂ ਹੈ। ਪ੍ਰਾਇਮਰੀ ਸਕੂਲ ਦੇ ਵਿੱਚ ਸਾਰੇ ਬੱਚਿਆਂ ਨੂੰ 50% ਆਫ ਦੇ ਬੁੱਕਸ ਮਿਲਦੀਆਂ ਨੇ, ਜਿਹੜੀ ਚੀਜ਼ ਦਾ ਮੈਂ ਜਿਹੜੀ ਚੀਜ਼ ਬੋਲਿਆ, ਪ੍ਰਾਇਮਰੀ ਸਕੂਲ ਦੇ ਵਿੱਚ ਜਿੰਨੇ ਬੱਚੇ ਨੇ ਸਾਰਿਆਂ ਨੂੰ 50% ਆਫ 'ਤੇ ਮਿਲਦੀਆਂ ਨੇ। ਕਈਆਂ ਜਿਹੜੇ ਉਹਨਾਂ 'ਚੋਂ ਅੱਗੇ ਮੈਰੀਟੋਰੀਅਸ ਆ ਗਏ ਉਹਨਾਂ ਨੂੰ ਉਵੇਂ ਫ੍ਰੀ ਪ੍ਰੋਵਾਈਡ ਕਰ ਦਿੰਦੇ ਨੇ ਇਹ। ਟੈਕਨੀਕਲ ਯੂਨੀਵਰਸਿਟੀ ਵਾਲਾ ਬਾਈ ਜੀ ਜਿਹੜਾ ਇਸ਼ੂ ਆਇਆ ਸੀਗਾ, ਆਪਣੇ ਸੀ ਨਹੀਂ ਉਸ ਚੀਜ਼ ਦੇ ਉੱਤੇ ਆ ਗਿਆ, ਜਿਹੜਾ ਆਪਣੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਾਈ ਜੀ ਮੋਹਾਲੀ ਹੈ, ਇਹਦੀਆਂ 2 ਹੋਰ ਬ੍ਰਾਂਚ ਸੈਟਅਪ ਕਰ ਰਹੇ ਨੇ। ਸੋ ਆਪਣੀ ਨਾ ਹਿਊਮਨ ਮੈਂਟੈਲਿਟੀ ਹੈ, ਮੈਂ ਆਪਦੀ ਗੱਲ ਕਰਦਾ ਕਿਸੇ ਨਾਲ ਨਹੀਂ, ਆਪਾਂ 5 ਕਿੱਲੇ ਜ਼ਮੀਨ ਦੇ ਹੋਣਗੇ ਮੇਰੇ ਕੋਲ, ਮੈਂ ਕਹੂੰ ਯਾਰ ਇਹਦੇ ਕੋਲ 60 ਨੇ, ਇਹਦੇ ਕੋਲ 70 ਨੇ, ਇਹਦੇ ਕੋਲ 80 ਨੇ, ਮੈਂ ਆਪਦੀ ਖੇਤੀ ਕਰਕੇ ਖੁਸ਼ ਨਹੀਂ, ਮੈਂ ਦੂਜੇ ਦੇ ਸੁੱਖ ਤੋਂ ਦੁੱਖ ਹਾਂ, ਦੂਜੇ ਦੇ ਸੁੱਖ ਤੋਂ ਮੈਂ ਦੁਖੀ ਹਾਂ, ਉਹੀ ਚੀਜ਼ ਆਪਣੀ ਹੈ। ਆਪਾਂ ਕਿੱਥੇ ਸੀ ਅਤੇ ਆਪਾਂ ਹੁਣ ਹੌਲੀ ਹੌਲੀ ਜੇ ਸੱਟ ਵੱਜੀ ਹੈ, ਢਹਿ ਕੇ ਢੇਰੀ ਨਹੀਂ ਹੋਏ, ਆਪਾਂ ਕੰਮ ਹੋਇਆ ਹੌਲੀ ਹੌਲੀ ਡਿਵਲਪਮੈਂਟ ਬਾਈ ਜੀ ਇਸ ਚੀਜ਼ ਦੀ ਆਊਗੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਪੁਨੀਤ ਸੀੜ ਹੈ। ਅੱਛਾ ਪੁਨੀਤ, ਐਜੂਕੇਸ਼ਨ ਸਿੱਖਿਆ ਜਾਂ ਫਿਰ ਐਜੂਕੇਸ਼ਨ ਪ੍ਰਣਾਲੀ ਸਾਡੀ ਦੇਸ਼ ਦੀ, ਖਾਸ ਕਰਕੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਐਜੂਕੇਸ਼ਨ ਪ੍ਰਣਾਲੀ ਹੈਗੀ ਹੈ ਜਿਹੜੀ ਦਰੁਸਤ ਹੈ? ਜੇ ਦਰੁਸਤ ਹੈਗੀ ਹੈ ਤਾਂ ਫਿਰ ਅਸੀਂ 18ਵੇਂ ਨੰਬਰ 'ਤੇ ਕਿਉਂ ਹਾਂ? ਇਹ ਦਰੁਸਤ ਹੁੰਦੀ ਤਾਂ ਆਪਾਂ ਪਹਿਲੇ ਨੰਬਰ 'ਤੇ ਹੋਣਾ ਸੀਗਾ, ਠੀਕ ਹੈ ਜੀ। ਇਹ ਦਰੁਸਤ ਤਾਂ ਪਤਾ ਹੀ ਸੀ, ਇਹ ਸ਼ੁਕਰ ਕਰੋ 18ਵੇਂ 'ਤੇ ਆ ਗਈ। ਕਿ ਆਪਾਂ ਕੰਪੇਅਰ ਕਰਦੇ ਹਾਂ, ਇੱਕ ਪਾਸੇ ਪ੍ਰਾਈਵੇਟ ਸਕੂਲ ਹੈ, ਇੱਕ ਪਾਸੇ ਸਰਕਾਰੀ ਸਕੂਲ ਹੈ। ਪ੍ਰਾਈਵੇਟ ਸਕੂਲ ਦਾ ਬੱਚਾ ਐਮਯੂਐਨ ਕਰਨ ਜਾਂਦਾ ਹੈ, ਪਾਰਲੀਮੈਂਟਰੀ ਡਿਬੇਟਸ ਹੁੰਦੀਆਂ ਉਹਨਾਂ ਦੇ, ਰਾਊਂਡ ਸਕੇਅਰ ਕਾਨਫਰੰਸਿਸ ਹੁੰਦੀਆਂ, ਅਤੇ ਸਰਕਾਰੀ ਸਕੂਲ ਦੇ ਬੱਚੇ ਨੂੰ ਇਹ ਮਾਹੌਲ ਹੀ ਨਹੀਂ ਮਿਲਦਾ। ਪੜ੍ਹਾਈ ਤਾਂ ਉੱਤੇ ਆਊਗੀ ਨਾ, ਸਿੱਖਿਆ ਲੈਵਲ 'ਚ ਉਹਨਾਂ ਨੂੰ ਉੱਥੇ ਇੰਟਰਸਟ ਪੈਦਾ ਹੋਊਗਾ ਵੀ ਹਾਂ ਅਸੀਂ ਸਕੂਲ ਜਾਈਏ ਕੁਛ ਕਰੀਏ, ਬਟ ਉਹਨਾਂ ਦਾ ਸਕੂਲ ਜਾ ਕੇ ਕੁਛ ਨਹੀਂ, ਉਹ ਰੈਗੂਲਰ ਜਿਹੜਾ ਉਹਨਾਂ ਦੀਆਂ 4-5 ਕਲਾਸਾਂ ਉਹ ਲੱਗਦੀਆਂ, ਉਹ ਵੀ ਟੀਚਰ ਕੋਈ ਇੰਟਰਸਟ ਨਹੀਂ ਸ਼ੋਅ ਕਰਦੇ, ਘਰ ਵਾਪਸ ਆ ਜਾਂਦੇ। ਆਈ ਜੇ ਆਪਾਂ ਪ੍ਰਾਈਵੇਟ ਸਕੂਲ ਨਾਲ ਕੰਪੇਅਰ ਕਰਦੇ ਹਾਂ, ਉਹਨਾਂ ਦਾ ਪ੍ਰੋਪਰ ਸ਼ੈਡਿਊਲ ਹੁੰਦਾ ਵੀ ਹਾਂਜੀ ਹੋਬੀ ਕਲਾਸਿਸ ਵੀ ਹੋਣੀਆਂ ਤੁਹਾਡੀਆਂ, ਤੁਹਾਡੀਆਂ ਮਿਊਜ਼ਿਕ ਕਲਾਸਿਸ ਵੀ ਹੋਣਗੀਆਂ, ਤੁਹਾਨੂੰ ਐਕਸਟਰਾ ਲੈਂਗੁਏਜਸ ਵੀ ਸਿਖਾਈਆਂ ਜਾਂਦੀਆਂ, ਫ੍ਰੈਂਚ ਹੋ ਗਈ, ਰਸ਼ੀਅਨ ਹੋ ਗਈ। ਸੋ ਜਿਹੜੇ ਸਾਡੇ ਆਪਣੇ ਸਰਕਾਰੀ ਸਕੂਲਾਂ, ਇਹਨਾਂ ਤਾਂ ਹੀ ਨਹੀਂ ਪਤਾ ਹੁੰਦਾ ਵੀ ਹਿੰਦੀ ਪੰਜਾਬੀ ਇੰਗਲਿਸ਼ ਤੋਂ ਇਲਾਵਾ ਵੀ ਕੋਈ ਲੈਂਗੁਏਜ ਹੁੰਦੀ ਹੈ, ਠੀਕ ਹੈ ਜੀ। ਇਹ ਮੈਂ ਮੰਨਦਾ ਵੀ ਸਰਕਾਰ ਨੂੰ ਸਹੀ ਫੰਡ ਐਲੋਕੇਸ਼ਨ ਹੋਣੀ ਚਾਹੀਦੀ ਹੈ। ਆਪਾਂ ਗੱਲ ਕਰਦੇ ਹਾਂ ਦੂਜੀ, ਬੇਸਿਕ ਜਿਹੜੀ ਇਨਫਰਾਸਟ੍ਰਕਚਰ ਹੀ ਸਹੀ ਨਹੀਂ ਜੀ, ਬਾਕੀ ਗੱਲਾਂ ਤਾਂ ਬਹੁਤ ਦੂਰ ਦੀਆਂ ਨੇ, ਠੀਕ ਹੈ ਜੇ ਆਈ ਹੁਣ ਰੋਜ਼ ਨਵੇਂ ਇੱਕ ਪ੍ਰਾਈਵੇਟ ਸਕੂਲ ਖੋਲ੍ਹਿਆ ਹੁੰਦਾ, ਠੀਕ ਹੈ, ਉਹ ਉੱਥੇ ਆਪਦਾ ਦਿਖਾਉਂਦੇ ਆ ਇਨਫਰਾਸਟ੍ਰਕਚਰ ਵਧੀਆ, ਸਾਰੇ ਪੇਰੈਂਟਸ ਉੱਧਰ ਸ਼ਿਫਟ ਹੋਈ ਜਾਂਦੇ ਆ, ਬਟ ਜਿਹੜੇ ਆਪਣੀ ਮਿਡਲ ਕਲਾਸ, ਜ਼ਿਆਦਾ ਪੰਜਾਬ 'ਚ ਮਿਡਲ ਕਲਾਸ ਲੋਕ ਹੈ, ਆਪਣੀ ਸਿੱਖਿਆ ਆਪਣੀ ਐਜੂਕੇਸ਼ਨ ਉਦੋਂ ਹੀ ਸਹੀ ਹੋਊਗੀ ਜੇ ਜਿਹੜੇ ਮੇਨ ਵਿਚਾਰੇ ਥੱਲੋਂ ਚੱਲ ਕੇ ਮਿਡਲ ਕਲਾਸ, ਜਿਹੜੀ ਮੁੱਢ ਹੁੰਦੀ ਹੈ, ਰੀੜ ਦੀ ਹੱਡੀ ਪੰਜਾਬ ਦੀ ਮਿਡਲ ਕਲਾਸ ਹੈ, ਜੇ ਮਿਡਲ ਕਲਾਸ ਐਜੂਕੇਟਡ ਹੋਊਗੀ ਉਹ ਤਾਂ ਹੀ ਹੋਊਗੀ। ਆਪਣੇ ਤਾਂ ਟੀਚਰਸ ਦੇ ਪਹਿਲੀ ਗੱਲ ਟੀਚਰਸ ਦੇ ਕੈਂਪ ਲੱਗਣੇ ਚਾਹੀਦੇ ਆ ਇਹਨਾਂ ਨੂੰ, ਆਪ ਨੂੰ ਜੇ ਆਪਾਂ ਨੂੰ ਆਪਣੇ ਗਾਈਡਰਸ ਹੀ ਨਹੀਂ ਵਧੀਆ ਹੋਣਗੇ, ਜੇ ਆਪਾਂ ਸਕੂਲ ਜਾਂਦੇ ਹਾਂ ਆਪਾਂ ਨੂੰ ਜੇ ਉਹਨਾਂ ਟੀਚਰ ਹੀ ਨਹੀਂ ਕੁਛ ਦੱਸਿਆ ਵੀ ਆਹ ਤੁਹਾਨੂੰ ਐਜੂਕੇਸ਼ਨ ਤੋਂ ਬਾਅਦ ਵੀ ਕੋਈ ਚੀਜ਼ਾਂ ਮਿਲਦੀਆਂ ਤਾਂ ਬੱਚੇ ਨੂੰ ਕੀ ਪਤਾ ਲੱਗੂਗਾ ਜੀ, ਠੀਕ ਹੈ। ਇਹ ਪਹਿਲੀ ਗੱਲ, ਪਰਸਨੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਟੀਚਰਸ ਦੇ ਹੋਣੇ ਚਾਹੀਦੇ ਹੈ, ਜਿਹੜਾ ਉਹਨਾਂ ਨੂੰ ਆਵੇ ਜਦੋਂ ਆਪਾਂ ਪ੍ਰਾਈਵੇਟ ਸਕੂਲ ਜਾਂਦੇ ਹਾਂ, ਇੱਥੇ ਇੰਨੀਆਂ ਚੀਜ਼ਾਂ ਹੁੰਦੀਆਂ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਐਜੂਕੇਸ਼ਨ ਹੁੰਦੀ ਕੀ ਚੀਜ਼ ਹੈ, ਬਾਅਦ ਦੀ ਗੱਲ ਤਾਂ ਦੂਰ ਰਹੇਗੀ ਜੀ। ਅੱਛਾ, ਜਿਵੇਂ ਪੰਜਾਬ ਦਾ 18ਵੇਂ ਸਥਾਨ 'ਤੇ ਆਉਣਾ ਅਤੇ ਉੱਧਰ ਸਿੱਖਿਆ ਨੀਤੀ ਜਿਹੜੀ ਦੇਸ਼ ਦੀ ਹੈਗੀ ਹੈ ਉਹਦੇ ਵਿੱਚ ਵੀ ਵੱਖੋ ਵੱਖ ਜਿਹੜੇ ਵੱਖਰੇਵੇਂ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਇੱਕ ਕਲਾਸ ਦੇ ਬੱਚੇ ਨੂੰ ਕੋਈ ਹੋਰ ਕਲਾਸ ਕਿਤਾਬ ਪੜ੍ਹਾਈ ਜਾਂਦੀ ਹੈ, ਦੂਜੇ ਨੂੰ ਕੋਈ ਹੋਰ ਕਿਤਾਬ ਪੜ੍ਹਾਈ ਜਾਂਦੀ ਹੈ, ਵਰਦੀਆਂ ਦੇ ਵਿੱਚ ਵੀ ਵੱਖਰੇਵੇਂ ਆਉਂਦੇ ਨੇ, ਟੀਚਰ ਦੀ ਜਿਹੜੀ ਕੁਆਲਿਟੀ ਉਹਨਾਂ ਦੇ ਵਿੱਚ ਵੀ ਵੱਖਰੇਵੇਂ ਨੇ, ਇਹਦੇ ਪਿੱਛੇ ਕੀ ਕਾਰਨ ਹੈ ਅਤੇ ਕਿਸ ਤਰ੍ਹਾਂ ਇਹਨਾਂ ਦਾ ਐਜੂਕੇਸ਼ਨ ਸਿਸਟਮ 'ਤੇ ਇਫੈਕਟ ਹੈਗਾ? ਦੇਖੋ ਜੀ, ਸਰਕਾਰੀ ਸਕੂਲਾਂ ਵਾਸਤੇ ਤਾਂ ਨੀਤੀ ਬਣਾਉਣੀ ਚਾਹੀਦੀ ਹੈ, ਇੱਕ ਵੀ ਜਿਹੜੀ ਇੱਕ ਆਈ ਬੁੱਕ ਰਿਕਮੈਂਡੇਸ਼ਨ ਹੋਣੀ ਚਾਹੀਦੀ ਹੈ, ਅਤੇ ਇਹ ਚੀਜ਼ ਪ੍ਰਾਈਵੇਟ ਸਕੂਲਸ ਲਈ ਵੀ ਹੋਣੀ ਚਾਹੀਦੀ ਹੈ। ਇਹ ਐਂ ਨਹੀਂ ਵੀ ਪ੍ਰਾਈਵੇਟ ਜੇ ਇੱਕ ਦੀ 5 ਲੱਖ ਫੀਸ ਹੈ ਸਾਲ ਦੀ ਤਾਂ ਉੱਥੇ ਤੁਹਾਨੂੰ ਵਧੀਆ ਪੜ੍ਹਾਈ ਮਿਲੂਗੀ, ਅਤੇ ਇੱਕ ਜਿਹੜਾ ਸਰਕਾਰੀ ਸਕੂਲ, ਗਵਰਨਮੈਂਟ ਕਿੱਥੇ ਰਹਿ ਰਹੀ ਹੈ ਫਿਰ? ਜੇ ਗਵਰਨਮੈਂਟ ਦੇ ਮੇਨ ਮੁੱਦੇ ਹੈਲਥ ਐਜੂਕੇਸ਼ਨ ਹੋਣੀ ਚਾਹੀਦੀ ਹੈ, ਜੇ ਉੱਥੇ ਉਹ ਪਿੱਛੇ ਰਹਿ ਰਹੀ ਹੈ ਤਾਂ ਫਿਰ ਗਵਰਨਮੈਂਟ ਦਾ ਫਾਇਦਾ ਹੀ ਕੀ ਹੈ ਸਾਨੂੰ?
ਜਿਹੜੇ ਐਡਰੈਸਿਸ ਦੀ ਗੱਲ ਕੀਤੀ ਇਹ ਵੀ ਵਿੱਚ ਬਣਿਆ ਹੁੰਦਾ ਸਾਰਾ ਵੀ ਆਹ ਪਰਟੀਕੁਲਰ ਸ਼ੋਪ ਤੋਂ ਤੁਸੀਂ ਡਰੈਸ ਲੈਣੀ ਹੈ ਨਹੀਂ ਤੁਹਾਡੀ ਡਰੈਸ ਅਲਾਊਡ ਨਹੀਂ ਹੋਣੀ ਸੋ ਇਹ ਤਾਂ ਸਾਰਾ ਕਮਰਸ਼ੀਅਲ ਬਿਜ਼ਨਸ ਚੱਲੀ ਜਾਂਦਾ ਪ੍ਰਾਈਵੇਟ ਸਕੂਲਸ ਦਾ ਬਟ ਸਰਕਾਰ ਨੂੰ ਚਾਹੀਦਾ ਵੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇ ਵਧੀਆ ਇਨਫਰਾਸਟ੍ਰਕਚਰ ਦਿੱਤਾ ਜਾਣ ਵਧੀਆ ਟੀਚਰਸ ਆਉਣ ਜੇ ਕੋਈ ਪੁਰਾਣੇ ਨਹੀਂ ਕੋਈ ਕੰਮ ਕਰਦੇ ਕੱਢੋ ਬਾਹਰ ਬਹੁਤ ਬੇਰੁਜ਼ਗਾਰ ਅੱਜ ਦੇ ਨਵੇਂ ਪੜ੍ਹੇ ਲਿਖੇ ਮੁੰਡੇ ਬੈਠੇ ਆ ਘਰਾਂ 'ਚ ਉਹਨਾਂ ਨੂੰ ਨਵੀਆਂ ਨਿਯੁਕਤੀਆਂ ਦਿਓ ਆਪਣੇ ਕੋਲ ਇਹ ਤਾਂ ਹੈ ਨਹੀਂ ਵੀ ਆਪਣੇ ਮੁੰਡੇ ਕੋਈ ਹੈ ਨਹੀਂ ਕੋਈ ਹੈ ਨਹੀਂ ਸਭ ਬੇਰੁਜ਼ਗਾਰ ਪੜ੍ਹੇ ਲਿਖੇ ਚੰਗੇ ਮੁੰਡੇ ਬੈਠੇ ਆ ਠੀਕ ਹੈ ਜੀ ਅਤੇ ਰਿਟਾਇਰਮੈਂਟ ਏਜ ਘਟਾ ਕੇ ਘਟਾਉਣੀ ਚਾਹੀਦੀ ਹੈ ਜ਼ਿਆਦਾ ਰਿਟਾਇਰਮੈਂਟ ਏਜ ਆ ਉਹ ਉਹਨਾਂ 'ਚ ਆਪਦੇ 'ਚ ਇੰਨੇ ਉਹ ਨਹੀਂ ਰਹਿੰਦਾ ਵੀ ਉਹ ਵਧੀਆ ਰਿਸੋਰਸਿਸ ਦੇ ਸਕਣ ਸੋ ਅੱਜ ਕੱਲ੍ਹ ਜਿਹੜੀ ਨਵੀਂ ਸਿੱਖਿਆ ਬਹੁਤ ਚੇਂਜ ਹੋ ਗਈ ਹੈ ਬਹੁਤ ਨਵੀਆਂ ਚੀਜ਼ਾਂ ਆ ਗਈਆਂ ਜਿਹੜੇ ਆਪਣੇ ਪੁਰਾਣੇ 55-60 ਸਾਲਾਂ ਦੇ ਟੀਚਰਸ ਨੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ MEN ਜਾਂ ਰਾਊਂਡ ਸਕੇਅਰ ਕਾਨਫਰੰਸਿਸ ਕੀ ਹੁੰਦੀਆਂ ਨੇ ਸੋ ਇਹ ਚੇਂਜ ਹੋਣਾ ਚਾਹੀਦਾ ਸਾਰਾ ਸਿਸਟਮ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਤੇ ਨਾ ਕਿਤੇ ਜਿੱਥੇ ਐਜੂਕੇਸ਼ਨ ਸਿਸਟਮ ਦੇ ਉੱਤੇ ਸਵਾਲ ਚੁੱਕੇ ਨੇ ਨਾਲ ਦੀ ਨਾਲ ਜਿਸ ਤਰ੍ਹਾਂ ਦੇ ਨੀਤੀ ਆਯੋਗ ਦੇ ਵੱਲੋਂ ਰਿਪੋਰਟ ਬਣਾਈ ਗਈ ਹੈ ਉਸ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਪ੍ਰਣਾਲੀ ਦੇ ਉੱਤੇ ਵੀ ਸਵਾਲ ਚੁੱਕੇ ਨੇ ਅਤੇ ਇਸ ਨੂੰ ਦਰੁਸਤ ਕਰਨ ਦੀ ਮੰਗ ਵੀ ਕੀਤੀ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਤਾ ਦੇ ਵਿੱਚ ਅਤੇ ਨੌਜਵਾਨ ਮੌਜੂਦ ਨੇ ਹਾਲਾਂਕਿ ਇਹ ਵੀ ਸਟੂਡੈਂਟ ਹੈਗੇ ਨੇ ਅਤੇ ਗੱਲ ਵੀ ਸਿੱਖਿਆ ਦੀ ਕੀਤੀ ਜਾ ਰਹੀ ਹੈ ਸਿੱਖਿਆ ਦੀ ਗੱਲ ਅੱਜ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਨੀਤੀ ਆਯੋਗ ਦੀ ਰਿਪੋਰਟ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਪੰਜਾਬ ਦਾ 18ਵਾਂ ਨੰਬਰ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੇ ਵਿੱਚ ਵੀ ਲਗਾਤਾਰ ਵਖਰੇਵਿਆਂ ਦੀ ਗੱਲ ਹੋ ਰਹੀ ਹੈ ਇਹਨਾਂ ਵਖਰੇਵਿਆਂ ਤੋਂ ਬਾਅਦ ਵੀ ਹੁਣ ਅੱਜ ਸਾਡੀ ਸਿੱਖਿਆ ਦਰੁਸਤ ਕਿਵੇਂ ਹੈ ਅਤੇ ਸਿੱਖਿਆ ਦੇ ਵਿੱਚ ਕਿਹੜੇ ਸੁਧਾਰ ਕਰਨ ਦੀ ਲੋੜ ਹੈ ਨੌਜਵਾਨਾਂ ਤੋਂ ਪੁੱਛਦੇ ਹਾਂ ਕਿਉਂਕਿ ਰੋਜ਼ਾਨਾ ਸਿੱਖਿਆ ਪ੍ਰਾਪਤ ਵੀ ਕਰਦੇ ਨੇ ਅਤੇ ਸਿੱਖਿਆ ਦੇਣ ਵਾਲਿਆਂ ਦੇ ਨਾਲ ਵੀ ਰਾਬਤਾ ਰਹਿੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰਪਾਲ ਸਿੰਘ ਮੇਰਾ ਨਾਮ ਹੈ ਅੱਛਾ ਬਲਵਿੰਦਰਪਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਦਾ ਜਿਹੜਾ ਪੰਜਾਬ ਦਾ ਮਿਆਰ ਹੈ ਉਹ ਨੀਤੀ ਆਯੋਗ ਦੇ ਮੁਤਾਬਿਕ ਹੁਣ 20 ਸੂਬਿਆਂ ਦੇ ਵਿੱਚੋਂ 18ਵੇਂ ਨੰਬਰ ਦਾ ਮਿਆਰ ਹੈ ਯਾਨੀ ਕਿ ਕਿਤੇ ਨਾ ਕਿਤੇ ਸਿੱਖਿਆ ਨੀਤੀ ਜਿਹੜੇ ਸੂਬੇ ਹੋਰ ਹੈਗੇ ਨੇ ਅਸੀਂ ਉੱਤਰ ਪ੍ਰਦੇਸ਼ ਤੋਂ ਥੋੜ੍ਹਾ ਉੱਤੇ ਜ਼ਰੂਰ ਹੈਗੇ ਹਾਂ ਬਿਹਾਰ ਤੋਂ ਥੱਲੇ ਹਾਂ ਆਪਣੇ ਵਿਰੋਧ ਜਿਹੜੇ ਸਾਡਾ ਗਵਾਂਢੀ ਸੂਬਾ ਹੈਗਾ ਹਰਿਆਣਾ ਇਹਦੇ ਨਾਲੋਂ ਵੀ ਥੱਲੇ ਹਾਂ ਕਾਰਨ ਕੀ ਮੰਨਦੇ ਹੋ ਕਿ ਅਸੀਂ ਥੱਲੇ ਕਿਉਂ ਅਸੀਂ 18 ਨੰਬਰ ਦੀ ਪੜ੍ਹਾਈ ਕਿਉਂ ਕਰ ਰਹੇ ਹਾਂ ਇਹਦਾ ਕਾਰਨ ਹੈ ਨਾ ਜਿਹੜਾ ਸਾਡੇ ਐਜੂਕੇਸ਼ਨ ਸਿਸਟਮ ਦਾ ਇਹਦੇ ਵਾਸਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਜਿਹੜਾ ਨਿਜ਼ਾਮ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਹੁਣ ਸਾਡੀਆਂ ਸਰਕਾਰਾਂ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਉਹਦੇ ਵਿੱਚ ਕੀ ਹੁੰਦਾ ਆ ਜਿਹੜਾ ਐਜੂਕੇਸ਼ਨ ਮਿਨਿਸਟਰ ਲਾਇਆ ਜਾਂਦਾ ਉਹਨੂੰ ਉਹਦੀ ਕੁਆਲਿਟੀ ਦੇ ਬਿਹਾਫ 'ਤੇ ਨਹੀਂ ਲਾਇਆ ਜਾਂਦਾ ਉਹਨੂੰ ਉਹਦੀ ਅਪਰੋਚ ਦੇ ਬਿਹਾਫ 'ਤੇ ਲਾ ਦਿੱਤਾ ਜਾਂਦਾ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਬੰਦਾ ਪਰਫੈਕਟ ਹੈ ਜਾਂ ਨਹੀਂ ਹੈ ਇਹਦੇ ਵਿੱਚ ਕਾਰਨ ਇਹ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਤੁਹਾਡਾ ਜਿਹੜਾ ਸਰਦਾਰ ਆ ਜਿਹੜਾ ਤੁਹਾਡਾ ਵਜ਼ੀਰ ਆ ਹੈ ਨਾ ਜਦੋਂ ਉਹੀ ਨਹੀਂ ਉਹਨੂੰ ਨਹੀਂ ਪਤਾ ਹੈਗਾ ਐਜੂਕੇਸ਼ਨ ਸਿਸਟਮ ਨੂੰ ਕਿੱਦਾਂ ਚਲਾਉਣਾ ਤਾਂ ਫਿਰ ਉਹ ਥੱਲੜੇ ਲੈਵਲ 'ਤੇ ਠੀਕ ਗੱਲ ਨਹੀਂ ਹੁੰਦੀ ਹੈਗੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਜਿਹਨੇ ਸਿੱਖਿਆ ਦਾ ਸਿਸਟਮ ਬਣਾਉਣਾ ਹੈ ਉਹਦੀ ਆਪਣੀ ਸਿੱਖਿਆ ਨਹੀਂ ਪੂਰੀ ਹੈਗੀ ਇਹ ਸਵਾਲ ਤੁਸੀਂ ਚੱਕ ਰਹੇ ਹੋ ਅਤੇ ਸਵਾਲ ਇਹ ਵੀ ਹੈਗਾ ਕਿ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ 2.5 ਸਾਲਾਂ ਦੇ ਵਿੱਚ ਤੀਜਾ ਸਾਡਾ ਜਿਹੜਾ ਸਿੱਖਿਆ ਮੰਤਰੀ ਲੱਗਿਆ ਅਤੇ ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਸਿੱਖਿਆ ਨਿਘਾਰ ਦੇ ਵਿੱਚ ਜਾ ਰਹੀ ਹੈ ਜਾਂ ਸਿੱਖਿਆ ਨੂੰ ਬੜਾਵਾ ਮਿਲ ਰਿਹਾ ਸਿੱਖਿਆ ਦੇ ਨਿਘਾਰ ਦੀ ਗੱਲ ਇੱਦਾਂ ਹੈ ਜੀ ਦੇਖੋ ਇੱਕ ਨਾ ਵੀਡੀਓ ਘੁੰਮ ਰਹੀ ਆ ਥੋੜ੍ਹੇ ਕੁ ਦਿਨਾਂ ਦੀ ਉਹ ਸਾਡੇ ਲਹਿੰਦੇ ਪੰਜਾਬ ਦੀ ਆ ਉੱਥੇ ਵੀ ਸਾਡੀ ਜਿਹੜੀ ਮਾਂ ਬੋਲੀ ਆ ਪੰਜਾਬੀ ਆ ਹੈ ਨਾ ਜਿਹੜੀ ਸਾਡੀ ਆਪਣੀ ਮਾਂ ਬੋਲੀ ਹੁੰਦੀ ਆ ਉਹਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਵੇ ਨਾ ਜਦੋਂ ਉਹ ਜ਼ਿਆਦਾ ਕਾਰਗਰ ਸਾਬਤ ਹੁੰਦੀ ਆ ਬਜਾਏ ਕਿ ਇਹਦਾ ਕਾਰਨ ਇਹ ਆ ਕਿ ਜਿਹੜੀਆਂ ਅਸੀਂ ਵਿਦੇਸ਼ੀ ਭਾਸ਼ਾਵਾਂ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਜਿਹਦੇ 'ਚ ਕੰਪੈਲ ਕੀਤਾ ਜਾਂਦਾ ਸਾਡੇ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਹੜੇ ਉਹਨਾਂ ਨੂੰ ਵਿੱਦਿਅਕ ਅਦਾਰੇ ਨਹੀਂ ਕਿਹਾ ਜਾ ਸਕਦਾ ਉਹ ਦੁਕਾਨਾਂ ਕਹਿ ਲਓ ਉਹਨਾਂ ਨੂੰ ਛੋਟੇ ਛੋਟੇ ਡੱਬਿਆਂ ਦੇ ਵਿੱਚ ਸਕੂਲ ਬਣਾਏ ਹੋਏ ਨੇ ਉਹਦਾ ਕਾਰਨ ਇਹ ਆ ਕਿ ਜਦੋਂ ਸਾਡੀ ਆਪਣੀ ਜਿਹੜੀ ਮਾਂ ਬੋਲੀ ਦੀ ਬਜਾਏ ਕਿਸੇ ਹੋਰ ਭਾਸ਼ਾ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਜਾਊਗੀ ਉਹਦੇ ਕਾਰਨ ਜਿਹੜਾ ਆ ਇਹ ਨਿਘਾਰ ਆਇਆ ਦੂਜਾ ਨਿਘਾਰ ਹੈਗਾ ਜਿਹੜੀਆਂ ਇਹਨਾਂ ਦੀਆਂ ਪੋਲਿਸੀਜ਼ ਨੇ ਜਿਹੜੀਆਂ ਪੋਲਿਸੀਜ਼ ਸਰਕਾਰਾਂ ਬਣਾਉਂਦੀਆਂ ਹੈਗੀਆਂ ਉਹ ਪੋਲਿਸੀਜ਼ ਥੱਲੇ ਤੱਕ ਪਹੁੰਚਦੀਆਂ ਨਹੀਂ ਹੈਗੀਆਂ ਹੁਣ ਜੇ ਪੰਜਾਬ ਦੀ ਗੱਲ ਕਰੀਏ ਜਿੱਦਾਂ ਤੁਸੀਂ ਦੱਸਿਆ ਕਿ ਸਭ ਤੋਂ ਜਿਹੜਾ ਉਹਦਾ 20 ਸੂਬਿਆਂ ਦੇ ਜਿਹੜੇ ਉਹਦੇ ਕੈਟਾਗਰੀ ਦੇ ਵਿੱਚ ਸਭ ਤੋਂ ਥੱਲੇ ਵਾਲਾ ਸਥਾਨ ਮੰਨਦੇ ਆ 18ਵਾਂ ਸਥਾਨ ਅਸੀਂ ਉਹਦਾ ਕਾਰਨ ਇਹ ਆ ਕਿ ਜਿਹੜੇ ਸਾਡੇ ਸਕੂਲ ਦੇ ਸਿਸਟਮ ਨੇ ਜਿਹੜੇ ਜਿੱਥੋਂ ਮੈਂ ਬਿਲੋਂਗ ਕਰਦਾ ਸਾਡੇ ਪਿੰਡ ਦੇ ਵਿੱਚ ਸਕੂਲ ਆ ਉੱਥੇ ਟੀਚਰ ਨਹੀਂ ਹੈਗਾ ਇੱਕ ਟੀਚਰ ਆ ਅਤੇ ਉੱਥੇ ਸਟਰੈਂਥ 450 ਦੀ ਆ ਉੱਥੇ ਇੱਕ ਟੀਚਰ ਉੱਥੇ ਹੁਣ ਇਹਨਾਂ ਨੇ ਕਈ ਵਾਰੀ ਇਹਨਾਂ ਨੇ ਐਕਸਪੈਰੀਮੈਂਟ ਕਰਕੇ ਦੇਖੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਐਕਸਪੈਰੀਮੈਂਟ ਕੀਤੇ ਵੀ ਉੱਥੇ ਇੰਗਲਿਸ਼ ਜਿਹੜੇ ਪ੍ਰੀ ਨਰਸਰੀ ਸਕੂਲ ਆ ਜਿਹੜੇ ਹੁਣ ਵੀ ਕੈਪਟਨ ਸਾਹਿਬ ਨੇ ਪ੍ਰੀ ਨਰਸਰੀ ਸਕੂਲ ਖੋਲ੍ਹੇ ਨੇ ਉਹਨਾਂ ਦੇ ਵਿੱਚ ਕੋਈ ਉਹ ਇੱਕ ਤਾਂ ਇਹਨਾਂ ਦੇ ਆਪਸੀ ਟੱਸਲ ਨੇ ਜਿਹੜੀਆਂ ਟੀਚਰਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਨਾ ਇਹ ਵੀ ਕਿਤੇ ਨਾ ਕਿਤੇ ਕਾਰਨ ਬਣਦੀਆਂ ਹੈਗੀਆਂ ਜਿਹਦੇ ਵਿੱਚ ਇਹ ਨਿਘਾਰ ਆਉਂਦਾ ਸਿੱਖਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਨੂਰਿੰਦਰ ਸਿੰਘ ਅੱਛਾ ਨੂਰਿੰਦਰ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਜਿਵੇਂ ਦੀ ਸਾਨੂੰ ਐਜੂਕੇਸ਼ਨ ਮਿਲ ਰਹੀ ਹੈ
ਉਹ ਐਜੂਕੇਸ਼ਨ ਜਿੱਥੇ ਸਾਨੂੰ ਐਜੂਕੇਟ ਕਰਦੀ ਹੈ, ਸਾਡਾ ਗਿਆਨ ਵਧਾਉਂਦੀ ਹੈ, ਉੱਥੇ ਸਾਨੂੰ ਰੁਜ਼ਗਾਰ ਤੱਕ ਪਹੁੰਚਾਉਂਦੀ ਹੈ? ਇਹ ਦੇਖੋ ਜੀ, ਇਹ ਬਹੁਤ ਵੱਡਾ ਸਵਾਲ ਹੈ ਆਪਾਂ ਰੁਜ਼ਗਾਰ ਦਾ ਦੇਖੀਏ। ਪਹਿਲਾਂ ਜੇ ਆਪਾਂ ਬੇਸਿਕ ਐਜੂਕੇਸ਼ਨ ਦੀ ਗੱਲ ਕਰੀਏ ਜੀ, ਬੇਸਿਕ ਐਜੂਕੇਸ਼ਨ ਦੇ ਵਿੱਚ ਐਂ ਹੈ, ਆਪਣਾ ਦੇਸ਼ ਅੱਜ ਤਾਂ ਇੱਕ ਪਾਸੇ ਤਾਂ ਸਾਇੰਸ ਟੈਕਨੋਲੋਜੀ 'ਚ ਬਹੁਤ ਅੱਗੇ ਪਹੁੰਚ ਗਿਆ, ਪਰ ਇੱਕ ਪਾਸੇ ਆਪਾਂ ਜੇ ਸੈਂਟਰ ਲੈਵਲ ਦੀ ਗੱਲ ਕਰੀਏ, ਦੇਸ਼ ਨੂੰ ਬੇਸਿਕ ਜਿਹੜੀਆਂ ਪ੍ਰਾਇਮਰੀ ਚੀਜ਼ਾਂ ਨੇ ਜੀ ਦੇਸ਼ ਦੀਆਂ, ਇੱਕ ਪਾਸੇ ਆਪਾਂ ਦੇਖ ਲਈਏ ਐਗਰੀਕਲਚਰਲ ਇਕਨੋਮੀ ਆਪਣੀ ਕਿੱਥੇ ਹੈ ਜੀ, ਐਗਰੀਕਲਚਰ ਦਾ ਬੁਰਾ ਹਾਲ ਹੈ, ਐਜੂਕੇਸ਼ਨ ਅਤੇ ਹੈਲਥ ਮੇਨ ਆ ਤਿੰਨ ਚੀਜ਼ਾਂ ਜਿਨ੍ਹਾਂ 'ਤੇ ਸਰਕਾਰ ਨੂੰ ਫੋਕਸ ਕਰਨਾ ਚਾਹੀਦਾ, ਕਿ ਜੇ ਇਹ ਤਿੰਨ ਚੀਜ਼ਾਂ ਇੰਪਰੂਵ ਹੋਣਗੀਆਂ ਤਾਂ ਸਭ ਕੁਛ ਇੰਪਰੂਵ ਹੋਊਗਾ ਜੀ। ਐਜੂਕੇਸ਼ਨ ਵਧੀਆ ਮਿਲੂ, ਨੌਕਰੀਆਂ ਵਧੀਆ ਮਿਲਣੀਆਂ। ਹੁਣ ਆਪਾਂ ਇੱਕ ਪਾਸੇ ਇਹ ਚੀਜ਼ ਦੇਖੀਏ ਜੀ, ਸਟੂਡੈਂਟ ਨੇ ਪੰਜਾਬ ਦੇ ਵਿੱਚ 10th ਜਾਂ ਪਲੱਸ 2 ਤੋਂ ਬਾਅਦ ਸਾਰਿਆਂ ਦਾ ਰੁਝਾਨ ਕੀ ਹੈ, ਇੱਥੇ ਮਤਲਬ ਕਿਸੇ ਨੂੰ ਆਪਦਾ ਫਿਊਚਰ ਸਕੋਪ ਦਿਖਦਾ ਨਹੀਂ, ਸਾਰੇ ਬਾਹਰ ਵਾਲੇ ਪ੍ਰੈਫਰ ਕਰ ਰਹੇ ਆ ਕਿ ਸਾਰੇ ਬਾਹਰ ਜਾਣ। ਆਪਾਂ ਦੇਖਦੇ ਹਾਂ ਪਲੱਸ 2 ਦੇ ਵਿੱਚ ਪਹਿਲਾਂ ਹੀ ਹਰੇਕ ਸਟੂਡੈਂਟ ਦੇ ਦਿਮਾਗ 'ਚ ਇਹੀ ਹੁੰਦਾ ਵੀ ਉਹ ਪਲੱਸ 2 ਕਰੇ, ਆਪਦੀ ਆਈਲਸ ਕਰੇ ਅਤੇ ਬਾਹਰ ਜਾਵੇ। ਇੱਥੇ ਉਹਨਾਂ ਨੂੰ ਇਹਦਾ ਮਤਲਬ ਇੱਕ ਪੁਆਇੰਟ ਤਾਂ ਮੇਨ ਇਹ ਹੈ ਨਾ ਜੀ, ਉਹਨਾਂ ਨੂੰ ਆਪਦਾ ਭਵਿੱਖ ਨਹੀਂ ਦਿਖਦਾ ਕਿ ਇੱਥੇ ਸਾਨੂੰ ਕੁਛ ਕਰਨ ਨੂੰ ਮਿਲੂਗਾ, ਨਾ ਉਹਨਾਂ ਨੂੰ ਜਿਵੇਂ ਆਪਾਂ ਕਿਸੇ ਜ਼ਿਮੀਂਦਾਰ ਦਾ ਮੁੰਡਾ ਜੀ ਗੱਲ ਕਰੀਏ ਕਿ ਉਹਨਾਂ ਦਾ ਖੇਤੀ ਦਾ ਰੁਝਾਨ ਸੀਗਾ, ਉਹਨੂੰ ਉਹਦੇ 'ਚ ਵੀ ਦਿਖਦਾ ਕਿ ਮੈਨੂੰ ਅੱਗੇ ਕੁਛ ਨਹੀਂ ਬਣ ਰਿਹਾ ਜੀ, ਤਾਂ ਕਰਕੇ ਨਾ ਇੱਥੇ ਕੋਈ ਨਵੇਂ ਸਮਾਲ ਸਟਾਰਟਅਪਸ ਕਾਮਯਾਬ ਨੇ। ਅੱਛਾ, ਜਿਵੇਂ ਤੁਸੀਂ ਬਾਹਰ ਜਾਣ ਦੀ ਗੱਲ ਕੀਤੀ ਹੈ, ਜੇ ਪੰਜਾਬ ਐਜੂਕੇਸ਼ਨ ਬੋਰਡ ਦੀ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ CBSE ਦੀ ਗੱਲ ਹੁੰਦੀ ਹੈ, ਜੇ ਤੁਸੀਂ ਬਾਹਰ ਵੀ ਜਾਂਦੇ ਆ, ਫੋਰਨ ਕੰਟਰੀਜ਼ ਦੇ ਵਿੱਚ ਜਾਂਦੇ ਆ, ਤਾਂ ਉੱਥੇ ਵੀ ਕਈ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਪੰਜਾਬ ਐਜੂਕੇਸ਼ਨ ਬੋਰਡ ਦੇ ਹੈਗੇ ਨੇ ਜਾਂ ਫਿਰ ਉਹਨਾਂ ਨੂੰ ਪ੍ਰੈਫਰੈਂਸ ਘੱਟ ਦਿੱਤੀ ਜਾਂਦੀ ਹੈ। ਕਿਤੇ ਨਾ ਕਿਤੇ ਇੱਕ ਵਾਰ ਫਿਰ ਸਿੱਖਿਆ ਨੀਤੀ ਦੇ ਉੱਤੇ ਵਿਦੇਸ਼ ਪੱਧਰ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਵੈਸੀ ਪੱਧਰ ਦੇ ਉੱਤੇ ਵੀ? ਦੇਖੋ ਜੀ, ਸਵਾਲ ਤਾਂ ਉੱਠਦੇ ਨੇ, ਪਰ ਆਪਾਂ ਇੱਥੇ ਇਹਦੇ ਵਿੱਚ ਨਾ ਕਿਤੇ ਘਾਟ ਹੋਏਗੀ ਤਾਂ ਹੀ ਸਵਾਲ ਉੱਠਦੇ ਨੇ, ਨਹੀਂ ਉੱਠਦੇ ਨੇ ਜੀ। ਜਿਵੇਂ ਆਪਾਂ ਦੇਖਿਆ ਵੀ ਪੰਜਾਬ ਸਕੂਲ ਬੋਰਡ ਹੈ ਜਾਂ CBSE ਜਾਂ ICSE, ICSE ਨੂੰ ਕਿਉਂ ਪ੍ਰੈਫਰੈਂਸ ਮਿਲਦੀ, ਉਹ CBSE ਨਾਲੋਂ ਵੀ ਅਲੱਗ ਆ ਗਿਆ ਜੀ? ਉਹਨਾਂ ਦਾ ਸਵਾਲ ਇਹੀ ਹੈ ਕਿ ਜਿਵੇਂ CBSE ਹੈਗਾ, ਪੰਜਾਬ ਬੋਰਡ ਹੈ, ICSE, ਕਿੰਨੇ ਤਰ੍ਹਾਂ ਦੇ ਬੋਰਡ ਹੋਣ, ਦੇਸ਼ ਭਰ ਦੇ ਵਿੱਚ ਇੱਕ ਤਰ੍ਹਾਂ ਦੀ ਸਿੱਖਿਆ ਨੀਤੀ ਕਿਉਂ ਨਹੀਂ ਹੈਗੀ ਹੈ? ਇੱਕ ਚਾਹੇ ਇੱਕ ਤਰ੍ਹਾਂ ਦਾ ਬੋਰਡ ਹੀ ਲਾਗੂ ਕੀਤਾ ਜਾਵੇ, ਇੱਕ ਆਪਣੀ ਭਾਸ਼ਾ ਦੀ ਗੱਲ ਤਾਂ ਵੱਖਰੀ ਹੋਈ ਹੈ, ਪਰ ਇੱਕ ਐਜੂਕੇਸ਼ਨ ਦਾ ਲੈਵਲ ਵੀ ਤਾਂ ਬਰਾਬਰ ਹੋਣਾ ਚਾਹੀਦਾ। ਐਜੂਕੇਸ਼ਨ ਲੈਵਲ ਬਰਾਬਰ ਹੋਣਾ ਚਾਹੀਦਾ ਜੀ, ਪਰ ਇਹ ਨਾ ਡਾਈਵਰਸੀਫਿਕੇਸ਼ਨ ਦੇ ਕਰਕੇ ਐਜੂਕੇਸ਼ਨ ਬੋਰਡ ਤਾਂ ਅਲੱਗ ਅਲੱਗ ਹੀ ਰਹਿਣਗੇ ਜੀ, ਕਿਉਂਕਿ ਜਿਵੇਂ ਆਪਾਂ ਦੇਖਿਆ ਪੰਜਾਬ ਹੈ, ਆਪਾਂ ਪੰਜਾਬੀ ਨੂੰ ਮੇਨ ਮੰਨਦੇ ਹਾਂ, ਨਹੀਂ ਪੰਜਾਬੀ ਨੂੰ ਮੇਨ ਤਾਂ ਮੰਨਦੇ ਆ, ਚਾਹੇ ਉਹ ਜਿਹੜੀ ਦਾ ਲੈਵਲ ਹੋਵੇ ਅਤੇ ਪਰ ਉਹ ਆਪਣੀ ਸਟੇਟ ਦੀ ਭਾਸ਼ਾ ਦੇ ਵਿੱਚ ਹੋਵੇ। ਮੇਰਾ ਸਵਾਲ ਇਹ ਹੈ ਕਿ ਐਜੂਕੇਸ਼ਨ ਦਾ ਲੈਵਲ ਉਹੀ ਹੋਣਾ ਚਾਹੀਦਾ ਪਰ ਸਟੇਟ ਦੀ ਭਾਸ਼ਾ ਦੇ ਵਿੱਚ ਹੋਵੇ, ਤਾਂ ਕਿ ਵੱਖਰੇਵੇਂ ਨਾ ਰਹਿਣ। ਹਾਂਜੀ, ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਇੱਕ ਪ੍ਰੋਪਰ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਸੈਂਟਰ ਵੱਲੋਂ ਕਿ ਹਾਂ, ਜੇ ਪ੍ਰਾਈਮਰੀ ਐਜੂਕੇਸ਼ਨ ਹੈ ਉਹ ਕੋਨਵੈਂਟ ਸਕੂਲ ਨੇ ਜਿਹੜੇ CBSE ICSE ਨੇ, ਉਹਨਾਂ ਨੂੰ ਵੀ ਉਹੀ ਹੋਣੀ ਚਾਹੀਦੀ ਹੈ, ਪੰਜਾਬ ਸਕੂਲ ਬੋਰਡ ਹੈ ਉਹਨੂੰ ਵੀ ਉਹੀ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਹੋਰ ਬੋਰਡ ਹੈ ਸੇਮ ਹੋਣੀ ਚਾਹੀਦੀਆਂ, ਤਾਂ ਹੀ ਕਰਕੇ ਜਿਵੇਂ ਸਟੂਡੈਂਟ ਨੇ ਜੀ, ਤਾਂ ਕਰਕੇ ਜਿਵੇਂ ਆਪਾਂ ਦੇਖਦੇ ਹਾਂ, ਆਪਾਂ ਗੱਲ ਕਰ ਰਹੇ ਸੀਗੇ ਬਾਹਰ ਜਾ ਰਹੇ ਨੇ, ਬਾਹਰ CBSE ਨੂੰ ਹੈ, ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਕਿਉਂਕਿ ਦੇ ਥੋਟ ਦੈਟ ਕਿ ਉਹਨਾਂ ਨੂੰ ਇੰਗਲਿਸ਼ ਵਧੀਆ, ਉਹਨਾਂ ਦੀ ਸ਼ੁਰੂ ਤੋਂ ਸਿਸਟਮ ਸਹੀ ਹੈ ਇੰਗਲਿਸ਼ ਦਾ, ਉਹਨਾਂ ਦੇ ਦੇ ਹੈਵ ਗੁੱਡ ਸਕਿੱਲਸ। ਅਤੇ ਜੇ ਪੰਜਾਬ ਬੋਰਡ ਦੀ ਗੱਲ ਕਰੀਏ, ਉਹਨਾਂ ਨੂੰ ਉਹੀ ਪਿੱਛੇ ਛੱਡ ਦਿੱਤੇ ਜਾਂਦੇ ਆ ਕਿ ਇਹਨਾਂ ਦੀ ਇੰਗਲਿਸ਼ ਨਹੀਂ ਚੰਗੀ ਹੋਣੀ ਜੀ। ਬਾਹਰ ਆਪਾਂ ਦੇਖਿਆ ਜਾਵੇ ਫੈਕਟ ਸਭ ਤੋਂ ਵੱਡਾ ਹੀ ਹੈ ਕਿ ਇੰਗਲਿਸ਼ ਮੇਨ ਆਪਾਂ ਲੈਂਗੁਏਜ ਦੇਖ ਸਕਦੇ ਹਾਂ। ਅਤੇ ਬਾਕੀ ਹੋਰ ਆਪਾਂ ਗੱਲ ਕਰੀਏ ਕਿ ਮੇਨ ਸਰਕਾਰ ਨੂੰ ਸਭ ਤੋਂ ਪਹਿਲਾਂ ਜੇ ਆਪਾਂ ਬੇਸਿਕ ਅਮੈਨਿਟੀਜ਼ ਜਿਹੜੀਆਂ ਐਜੂਕੇਸ਼ਨ ਦੀਆਂ ਉਹਦੇ 'ਤੇ ਜ਼ਿਆਦਾ ਐਲੋਕੇਟ ਕੀਤਾ ਜਾਵੇ ਫੰਡ ਤਾਂ ਜ਼ਿਆਦਾ ਵਧੀਆ, ਨਾ ਕਰਕੇ ਪਹਿਲਾਂ ਆਪਾਂ ਉੱਚੀਆਂ ਚੀਜ਼ਾਂ ਨੂੰ ਜਿਵੇਂ ਹੱਥ ਪਾਇਆ ਕਹਿ ਲਓ, ਸਾਇੰਸ ਹੈ ਜਾਂ ਹੋਰ ਟੈਕਨੋਲੋਜੀ ਹੈ, ਉਹ ਆਪੇ ਵਧੀਆ ਹੋ ਜਾਣਗੀਆਂ ਜਦੋਂ ਸਟੂਡੈਂਟ ਨੇ ਆਪਾਂ ਦੇਖਿਆ ਵੀ ਸਟੂਡੈਂਟਸ ਨੂੰ ਜ਼ਿਆਦਾ ਵਧੀਆ ਐਜੂਕੇਸ਼ਨ ਮਿਲੂ, ਸਭ ਕੁਛ ਆਪੇ ਇੰਪਰੂਵ ਹੋਊਗਾ ਜੀ। ਜੀ ਬਹੁਤ ਬਹੁਤ ਧੰਨਵਾਦ। ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਸਿੱਖਿਆ ਦੇ ਲੈਵਲ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਅਤੇ ਪੜ੍ਹਨ ਪੜ੍ਹਾਉਣ ਵਾਲਿਆਂ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ, ਅਧਿਆਪਕਾਂ ਨੂੰ ਦੇ ਉੱਤੇ ਵੀ ਸਵਾਲ ਹੈਗੇ ਨੇ, ਪੜ੍ਹਨ ਵਾਲਿਆਂ ਦੇ ਯਾਨੀ ਸਟੂਡੈਂਟ ਦੇ ਉੱਤੇ ਵੀ ਸਵਾਲ ਚੁੱਕੇ ਨੇ। ਸੋ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਪਰ ਉਸ 'ਤੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਪੰਜਾਬ ਦੀ ਐਜੂਕੇਸ਼ਨ ਸਿਸਟਮ ਦੇ ਉੱਤੇ ਸਵਾਲ ਲਗਾਤਾਰ ਉਠਾਏ ਜਾ ਰਹੇ ਨੇ, ਅਤੇ ਇਹਨਾਂ ਸਵਾਲਾਂ ਦੇ ਦਰਮਿਆਨ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਸਾਡੇ ਨਾਲ, ਕਿਉਂਕਿ ਜਿੱਥੇ ਐਜੂਕੇਸ਼ਨ ਸਿਸਟਮ ਦੇ ਵਿੱਚ ਹਰ ਇੱਕ ਪੱਧਰ ਦੇ ਉੱਤੇ ਬਰਾਬਰਤਾ ਦਾ ਅਧਿਕਾਰ ਆਉਂਦਾ ਹੈ, ਤਾਂ ਫਿਰ ਲੜਕੀਆਂ ਦੇ ਵੀ ਉਨੇ ਹੀ ਅਧਿਕਾਰ ਨੇ ਅਤੇ ਮੁੰਡਿਆਂ ਦੇ ਵੀ ਉਨੇ ਅਧਿਕਾਰ ਨੇ। ਹੁਣ ਲੜਕੀਆਂ ਸਾਡੇ ਨਾਲ ਹੈਗੀਆਂ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿ ਪੰਜਾਬ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈਗਾ ਉਹ ਦਰੁਸਤ ਹੈਗਾ? ਹਾਲਾਂਕਿ ਨੀਤੀ ਆਯੋਗ ਦੀ ਰਿਪੋਰਟ ਤਾਂ ਸਾਨੂੰ 18 ਨੰਬਰ ਦੀ ਐਜੂਕੇਸ਼ਨ ਵਾਲੀ ਸਿੱਖਿਆ ਪ੍ਰਣਾਲੀ ਦੱਸ ਰਹੀ ਹੈ, ਅਤੇ ਲੜਕੀਆਂ ਕੀ ਕਹਿੰਦੀਆਂ ਨੇ ਇਹਨਾਂ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੁਹਾਡਾ? ਇਬਰਤ। ਅੱਛਾ ਇਬਰਤ, ਜਿਵੇਂ ਸਵਾਲ ਐਜੂਕੇਸ਼ਨ ਸਿਸਟਮ ਦਾ ਹੈਗਾ, ਨੀਤੀ ਆਯੋਗ ਦੀ ਰਿਪੋਰਟ ਹੈਗੀ ਹੈ, ਕਿਉਂਕਿ ਸਕੂਲ ਲੈਵਲ ਦੀ ਰਿਪੋਰਟ ਕੱਢੀ ਹੈਗੀ ਉਹਨਾਂ ਨੇ,
ਦਰੁਸਤ ਨਹੀਂ ਹੋਣੀ ਤਾਂ ਹੀ 18ਵੇਂ ਨੰਬਰ 'ਤੇ ਆਏ ਹਾਂ। ਬਟ ਮੈਂ ਇਹ ਕਹਿਣਾ ਚਾਹੁੰਦੀ ਹਾਂ, ਆਪਾਂ ਹਰ ਸਰਕਾਰ ਦੀਆਂ ਖਾਮੀਆਂ ਪਹਿਲਾਂ ਦੇਖਦੇ ਹਾਂ ਵੀ ਉਹਨਾਂ ਨੇ ਐਜੂਕੇਸ਼ਨ ਮੋਸਟ ਇੰਪੋਰਟੈਂਟ, ਦੇਖੋ ਬੇਸ ਹੁੰਦਾ ਆਪਣੇ ਯੂਥ ਦਾ ਐਜੂਕੇਸ਼ਨ ਬਚਪਨ ਤੋਂ, ਪ੍ਰਾਇਮਰੀ ਸੈਕੰਡਰੀ ਹਰ ਲੈਵਲ 'ਤੇ ਵਧੀਆ ਹੋਣਾ ਚਾਹੀਦਾ, ਸਾਰਾ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ, ਇਨਫਰਾਸਟ੍ਰਕਚਰ, ਟੀਚਰ, ਸਾਰਾ ਕੁਛ। ਹੁਣ ਤੁਸੀਂ ਇੱਕ ਤਾਂ ਦੇਖੋ ਜੀ, ਅਕਾਲੀ ਦਲ ਸਰਕਾਰ ਨੇ 2014 'ਚ 258 ਕਰੋੜ ਦਾ ਬਜਟ ਪਾਸ ਕੀਤਾ, 6 ਮੈਰੀਟੋਰੀਅਸ ਸਕੂਲ ਖੋਲ੍ਹੇ ਗਏ। ਉਹ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਦੇ ਆਰ ਡੂਇੰਗ ਐਵਰੀਥਿੰਗ ਪੋਜ਼ਿਟਿਵ ਟੂ ਕਵਰ ਅਪ ਦ ਡਿਫਰੈਂਸ। ਜਿਹੜਾ ਆਪ ਸਾਊਥ ਵੱਲ ਤੁਸੀਂ ਜਾਓ, ਸਕੂਲਸ, ਗਵਰਨਮੈਂਟ ਸਕੂਲਸ ਬਹੁਤ ਡਿਵੈਲਪਡ ਨੇ, ਸਾਰੇ ਪ੍ਰੈਫਰ ਕਰਦੇ ਨੇ ਵੀ ਅਸੀਂ ਸਰਕਾਰੀ ਸਕੂਲ 'ਚ ਪੜ੍ਹੀਏ ਰਾਦਰ ਦੈਨ ਗੋਇੰਗ ਟੂ ਪ੍ਰਾਈਵੇਟ ਇੰਸਟੀਟਿਊਸ਼ਨ। ਬਟ ਇੱਥੇ ਇੱਦਾਂ ਨਹੀਂ ਹੁੰਦਾ, ਆਪਾਂ ਕਹਿੰਦੇ ਸਾਨੂੰ ਪ੍ਰਾਈਵੇਟ ਇੰਸਟੀਟਿਊਸ਼ਨ ਬੈਟਰ ਲੱਗਦਾ ਸਰਕਾਰੀ ਨਾਲੋਂ। ਬਟ ਕਿਉਂ? ਇਹਦਾ ਇਹ ਕਾਰਨ ਹੈ ਜੀ, ਲੋਕਾਂ ਤੱਕ ਉਹਦੇ ਪੋਜ਼ਿਟਿਵ ਪੁਆਇੰਟਸ ਨਹੀਂ ਪਹੁੰਚਦੇ। ਟੀਚਰ ਤਾਂ ਕੁਆਲੀਫਾਈਡ ਨੇ ਪਰ ਸਰਕਾਰੀ ਸਕੂਲ ਫਿਰ ਵੀ 18ਵੇਂ ਨੰਬਰ 'ਤੇ ਕਿਉਂ ਨੇ ਪੰਜਾਬ ਦੇ? ਜੀ ਇਹਦਾ ਜਵਾਬ ਮੇਰੇ ਕੋਲ ਸੱਚੀ ਇਸ ਵਕਤ ਹੈ ਨਹੀਂ ਗਾ, ਬਟ ਆਈ ਰੀਅਲੀ ਹੋਪ ਕਿ ਸਰਕਾਰ ਕੁਛ ਕਰੇ ਸੈਂਟਰ ਸਟੇਟ ਲੈਵਲ 'ਤੇ ਵੀ ਆਪਣੇ ਲੋਕ ਪ੍ਰੈਫਰ ਕਰਨ ਵੀ ਅਸੀਂ ਸਰਕਾਰੀ। ਮੇਰੇ ਪਹਿਲਾਂ ਸਾਰੇ ਸਰਕਾਰੀਆਂ 'ਚ ਪੜ੍ਹੇ ਆ, ਮੇਰੇ ਫਾਦਰ ਦੀ ਜਨਰੇਸ਼ਨ ਹੋ ਗਈ, ਹੁਣ ਕਿਉਂ ਪ੍ਰਾਈਵੇਟ ਪ੍ਰੈਫਰ ਕਰਦੇ? ਇਹਦਾ ਜਵਾਬ ਸ਼ਾਇਦ ਸਰਕਾਰ ਹੀ ਦੇ ਸਕੇ, ਅਸੀਂ ਨਹੀਂ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਯਾਸਮੀਨ। ਅੱਛਾ, ਸਰਕਾਰੀ ਸਕੂਲਾਂ ਦਾ ਗ੍ਰਾਫ ਹੈ ਜਿਹੜਾ ਉਹ ਡਿੱਗਦਾ ਜਾ ਰਿਹਾ ਨੀਤੀ ਆਯੋਗ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਆਉਂਦਿਆਂ। ਬਾਕੀ ਜੇ ਕਰਨਾਟਕ ਦੀ ਗੱਲ ਕੀਤੀ ਜਾਵੇ ਤਾਂ ਉਹ 1 ਨੰਬਰ 'ਤੇ ਨੇ, ਹਰਿਆਣਾ ਵੀ ਸਭ ਤੋਂ ਉੱਪਰ ਹੈਗਾ ਹੈ, ਅਸੀਂ ਬਿਹਾਰ ਤੋਂ ਵੀ ਥੱਲੇ ਕਿਉਂ ਗਏ? ਸਵਾਲ ਇਹ ਹੈਗਾ ਕਿ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਦੇਸ਼ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈਗਾ, ਰਾਸ਼ਟਰੀ ਸਿੱਖਿਆ ਨੀਤੀ, ਉਹਦੇ ਵਿੱਚ ਵੀ ਸੁਧਾਰ ਦੀ ਜ਼ਰੂਰਤ ਹੈ, ਅਤੇ ਪੰਜਾਬ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹਦੇ ਵਿੱਚ ਵੀ ਸੁਧਾਰ ਦੀ ਜ਼ਰੂਰਤ ਹੈ? ਕੁਐਸਚਨ ਹੈ। ਦੇਖੋ ਜੀ, ਮੈਨੂੰ ਇਹ ਲੱਗਦਾ ਜਦੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਪੂਰਾ ਕੰਟਰੀ ਜਿਹੜਾ ਤੁਸੀਂ ਕਹਿ ਰਹੇ ਹੋ ਦੇਸ਼ ਦੀ ਹੈ ਨਾ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮਤਲਬ ਕੋਈ ਐਡੀਆਂ ਕਮੀਆਂ ਨੇ, ਬਿਕੋਜ਼ ਬਹੁਤ ਲੋਕ ਨੇ, ਆਪਾਂ ਵੇਖਦੇ ਹਾਂ ਕਿ ਕੋਈ ਜਣਾ ਕੋਈ ਆਪਦੀ ਸਟੇਟ ਬੋਰਡ ਤੋਂ ਪੜ੍ਹਿਆ ਜਾਂ ਕੋਈ ICSE ਕੋਈ CBSE, ਇਹ ਵੀ ਨਹੀਂ ਹੈ ਕਿ ਕਿਸੇ ਨੂੰ ਕੋਈ ਪ੍ਰੈਫਰੈਂਸ ਜ਼ਿਆਦਾ ਮਿਲਦੀ ਹੈ ਡਿਫਰੈਂਟ ਬੋਰਡ ਕਰਕੇ। ਹਰ ਬੰਦੇ ਨੂੰ ਇਕੁਅਲ ਹੈਗੀ ਹੈ ਹਰ ਥਾਂ 'ਤੇ, ਹੈ ਨਾ, ਇਕੁਐਲਿਟੀ ਐਵੇਂ ਹੈ ਕਿ ਜੋ ਵੀ ਹੈ ਕਿਸੇ ਬੋਰਡ ਤੋਂ ਹੋਵੇ ਸਭ ਨੂੰ ਇਕੁਅਲ ਮੰਨਿਆ ਜਾਂਦਾ, ਅਤੇ ਸਾਰੇ ਅੱਗੇ ਆਉਂਦੇ ਨੇ। ਕਿ ਆਪਾਂ ਦੇਖਦੇ ਕਿੰਨੇ IAS ਕਿੰਨੇ PCS ਜੋ ਵੀ ਸਟੇਟ ਹੋਰ ਹੈਗੀਆਂ ਨੇ ਸਾਰੇ ਬਣਦੇ ਨੇ, ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਿ ਕੋਈ ਐਜੂਕੇਸ਼ਨ ਪ੍ਰੋਬਲਮ ਹੈ। ਜਿਹੜਾ ਤੁਸੀਂ ਮੈਨੂੰ ਅੱਗੇ ਗੱਲ ਕੀਤੀ ਕਿ ਪਿੰਡਾਂ ਦੇ ਵਿੱਚ ਐਜੂਕੇਸ਼ਨ ਜਿਹੜੀ ਹੈਗੀ ਹੈ ਕਿ ਉਹ ਥੋੜ੍ਹੀ ਘੱਟ ਹੈ ਜਾਂ ਸਕੂਲਾਂ 'ਚ ਉਹ ਗੱਲ ਨਹੀਂ ਹੈਗੀ ਜਿਹੜੀ ਬਾਕੀ ਸ਼ਾਇਦ ਸਰਕਾਰੀ ਸਕੂਲਾਂ ਦੇ ਵਿੱਚ ਹੈਗੀ ਹੈ, ਉਹ ਮੈਨੂੰ ਇਹ ਲੱਗਦਾ ਕਿ ਆਈ ਥਿੰਕ ਲੋਕ ਉਹ ਡਿਮਾਂਡ ਹੀ ਨਹੀਂ ਕਰਦੇ, ਉਹ ਜਾਂ ਉਹ ਡਿਮਾਂਡ ਕਰਦੇ ਉਹਨਾਂ ਤੱਕ ਪਹੁੰਚਦੀ ਨਹੀਂ ਹੈਗੀ। ਮੇਰੀ ਇਹ ਮੰਨਣਾ ਨਹੀਂ ਹੈ ਕਿ ਸਰਕਾਰ ਇਹਦੇ 'ਚ ਕੁਛ ਨਹੀਂ ਕਰ ਰਹੀ। ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਹਰ ਪੱਧਰ ਦੇ ਉੱਤੇ ਨੌਜਵਾਨਾਂ ਦੇ ਨਾਲ ਖਾਸ ਕਰਕੇ ਇਸ ਕਰਕੇ ਵੀ ਗੱਲ ਕੀਤੀ ਹੈ ਕਿਉਂਕਿ ਲਗਾਤਾਰ ਸਿੱਖਿਆ ਦੇ ਨਾਲ ਇਹਨਾਂ ਦਾ ਰਾਬਤਾ ਵੀ ਰਹਿੰਦਾ ਹੈ, ਅਤੇ ਪੜ੍ਹਨ ਪੜ੍ਹਾਉਣ ਵਾਲਿਆਂ ਦੇ ਨਾਲ ਵੀ ਰਾਬਤਾ ਰਹਿੰਦਾ ਹੈ, ਅਤੇ ਜਾਣ ਬਿਹਤਰ ਤਰੀਕੇ ਦੇ ਨਾਲ ਹਰ ਗੱਲਬਾਤ ਨੂੰ ਦੱਸ ਸਕਦੇ ਨੇ। ਪਰ ਸਵਾਲ ਇੱਥੇ ਇਹ ਵੀ ਹੈਗਾ ਕਿ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹਨੂੰ ਅੰਗਰੇਜ਼ੀ ਆਉਂਦੀ ਹੈ ਜਾਂ ਜੋ ਅੰਗਰੇਜ਼ੀ ਬੋਲ ਰਿਹਾ ਹੈ ਉਹੀ ਜ਼ਿਆਦਾ ਮਾਹਰ ਹੈ, ਪਰ ਸਵਾਲ ਇੱਥੇ ਸਿੱਖਿਆ ਪ੍ਰਣਾਲੀ ਦਾ ਹੈ, ਨੀਤੀ ਆਯੋਗ ਦੇ ਵੱਲੋਂ ਦਿੱਤੀ ਹੋਈ ਰਿਪੋਰਟ ਦਾ ਹੈ ਜਿਸ ਦੇ ਵਿੱਚ ਪੰਜਾਬ ਦਾ 18ਵਾਂ ਨੰਬਰ ਆਉਂਦਾ ਹੈ, ਅਤੇ ਜਦੋਂ 18ਵਾਂ ਨੰਬਰ ਆਉਂਦਾ ਤਾਂ ਪੁੱਛਣਾ ਬਣਦਾ ਹੈ ਕਿ ਪੰਜਾਬ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ, ਦੇਸ਼ ਦੇ ਵਿੱਚ ਲਾਗੂ ਕੀਤੀ ਹੋਈ ਰਾਸ਼ਟਰੀ ਸਿੱਖਿਆ ਨੀਤੀ ਕੀ ਕਹਿੰਦੀ ਹੈ, ਅਤੇ ਸਿੱਖਿਆ ਦੀ ਨੀਤੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਪੜ੍ਹਨ ਵਾਲਿਆਂ ਦੀ ਵੀ ਗੱਲ ਚੱਲਦੀ ਹੈ, ਪੜ੍ਹਾਉਣ ਵਾਲਿਆਂ ਦੀ ਵੀ ਗੱਲ ਚੱਲਦੀ ਹੈ, ਅਤੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦੀ ਵੀ ਗੱਲ ਚੱਲਦੀ ਹੈ। ਹਾਲਾਂਕਿ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਸਿੱਖਿਆ ਨੀਤੀ ਦੇ ਵਿੱਚ ਜੋ ਸਿੱਖਿਆ ਨੀਤੀ ਦਾ ਪ੍ਰਧਾਨ ਹੈਗਾ ਸਿੱਖਿਆ ਮੰਤਰੀ ਹੈ, ਉਸ ਦੀ ਸਿੱਖਿਆ ਹੀ ਜਿਹੜੀ ਨਿਰਧਾਰਿਤ ਨਹੀਂ ਕੀਤੀ ਜਾਂਦੀ, ਤਾਂ ਪੰਜਾਬ ਦੀ ਜਿਹੜੀ ਜਿੰਨੀ ਵੀ ਸਿੱਖਿਆ ਨੀਤੀ ਦੀ ਜਿਹੜੀ ਚੇਨ ਹੈਗੀ ਹੈ ਉਹ ਡਾਵਾਂਡੋਲ ਹੋ ਰਹੀ ਹੈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।